ਇਸ ਗੱਲ ਦੇ ਗਵਾਹ ਹਾਂ ਅਸੀਂ ਕਿ ਸਾਡੀ ਤਾਲਮੇਲ ਕਮੇਟੀ ਦੀ ਮੀਟਿੰਗ ਹੋਈ ਆ, ਉਹਦੇ 'ਚ ਮੈਜੋਰਿਟੀ ਫੈਸਲਾ ਇਹ ਸੀ ਕਿ ਅਸੀਂ ਮੋਰਚੇ ਨੂੰ ਬਚਾਉਣਾ ਹੈ। ਮੋਰਚਾ ਇੱਕ ਗੱਲ 'ਤੇ ਬਚਦਾ ਸੀ ਕਿ ਜੇ ਜਿਹੜੀ ਵਨ ਸਾਈਡ ਰੋਡ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਬਲੋਕ ਕੀਤੀ ਆ, ਜੇ ਉਹ ਖੋਲ੍ਹ ਲੈਣ 'ਤੇ ਅਸੀਂ ਟ੍ਰੈਫਿਕ ਫਲੋ ਜਿਹੜਾ ਇੱਧਰ ਦੀ ਜਾਏਗਾ ਉਹਨੂੰ ਡਿਸਟਰਬ ਨਹੀਂ ਕਰਾਂਗੇ। ਸਾਡੇ ਕੋਲ ਵਕੀਲ ਦੇ ਤੌਰ 'ਤੇ ਲੀਗਲ ਓਪੀਨੀਅਨ ਲੈ ਕੇ ਇਹ ਫੈਸਲਾ ਅਸੀਂ ਡਿਸਾਈਡ ਕੀਤਾ ਸਾਰਿਆਂ ਨੇ, ਤਾਲਮੇਲ ਕਮੇਟੀ ਨੇ, ਕਿ ਸਾਨੂੰ ਇੱਕ ਸਾਈਡ ਖੋਲ੍ਹ ਦੇਣੀ ਚਾਹੀਦੀ ਆ, ਬਜਾਏ ਇਹਦੇ ਕਿ ਐਡਮਿਨਿਸਟ੍ਰੇਸ਼ਨ ਫੋਰਸ ਯੂਜ਼ ਕਰੇ ਅਤੇ ਸਾਰਾ ਮੋਰਚਾ ਚੁੱਕ ਲਏ। ਇੱਕ ਰਾਈਡ ਖੋਲ੍ਹਣ ਦਾ ਸਾਡਾ ਫੈਸਲਾ ਤਾਲਮੇਲ ਕਮੇਟੀ 'ਚ ਹੋ ਗਿਆ ਸੀ। ਉਸ ਤੋਂ ਬਾਅਦ ਐਡਮਿਨਿਸਟ੍ਰੇਸ਼ਨ ਨੇ ਸਾਨੂੰ ਨੋਟਿਸ ਭੇਜਿਆ ਮੀਟਿੰਗ ਕਰਨ ਵਾਸਤੇ। ਉਸ ਮੀਟਿੰਗ ਦੇ ਵਿੱਚ ਅਸੀਂ ਸਰਦਾਰ ਬਾਪੂ ਗੁਰਚਰਨ ਸਿੰਘ ਜੀ, ਅਮਰ ਸਿੰਘ ਚਾਹਲ ਜੀ, ਜਸਵਿੰਦਰ ਸਿੰਘ ਰਾਜਪੁਰਾ, ਗੁਰਸ਼ਰਨ ਸਿੰਘ ਧਾਲੀਵਾਲ ਅਤੇ ਮੈਂ ਖੁਦ ਉਸ ਮੀਟਿੰਗ 'ਚ ਹਾਜ਼ਰ ਹਾਂ। ਅਸੀਂ ਉਸ ਮੀਟਿੰਗ 'ਚ ਪੁਆਇੰਟਸ ਬਣਾਏ ਕਿ ਆਹ ਸਾਡੇ ਪੁਆਇੰਟਸ ਨੇ, ਡਿਸਕਸ ਕਰੋ ਅਤੇ ਉਸ ਤੋਂ ਬਾਅਦ ਅਸੀਂ ਜਿਹੜਾ ਜਿਹੜਾ ਤੁਸੀਂ ਕਹਿੰਦੇ ਕਿ ਟ੍ਰੈਫਿਕ ਫਲੋ ਜਾਣਦੇ ਹੋ ਉਹਦੇ ਲਈ ਅਸੀਂ ਸਹਿਮਤ ਕਰ ਦਾਂਗੇ। ਪਹਿਲਾ ਪੁਆਇੰਟ ਇਹ ਸੀ ਕਿ ਬੰਦੀ ਸਿੰਘਾਂ ਦੇ ਜਿਹੜੇ ਪ੍ਰੀ ਮਚਿਓਰ ਰਿਲੀਜ਼ ਕੇਸ ਨੇ ਉਹਨਾਂ ਨੂੰ ਇੱਕਦਮ ਸਹੀ ਰਿਪੋਰਟਾਂ, ਪੋਜ਼ਿਟਿਵ ਰਿਪੋਰਟਸ ਉਹਨਾਂ ਦੀਆਂ ਐੱਮ ਐੱਚ ਏ ਤੱਕ ਜਾਣੀਆਂ ਚਾਹੀਦੀਆਂ। ਤੁਹਾਡੇ ਨੌਲੇਜ 'ਚ ਲਿਆ ਦਿੰਦੇ ਹਾਂ ਕਿ ਗੁਰਮੀਤ ਸਿੰਘ ਜੀ ਜਿਹੜੇ ਕੰਡੀਸ਼ਨਲ ਬੇਲ 'ਤੇ ਬਾਹਰ ਨੇ, ਉਹਨਾਂ ਦੀ ਰਿਪੋਰਟ ਪਟਿਆਲਾ ਐਡਮਿਨਿਸਟ੍ਰੇਸ਼ਨ ਨੇ ਨੈਗੇਟਿਵ ਕਰਕੇ ਭੇਜੀ ਆ। ਉਹਨਾਂ ਨੇ ਕਿਹਾ ਹੈ ਕਿ ਇਹ ਬੰਦਾ ਬਹੁਤ ਖਤਰਨਾਕ ਹੈ, ਇਸ ਕਰਕੇ ਇਹਨੂੰ ਨਹੀਂ ਦੇ ਸਕਦੇ। ਅਸੀਂ ਇਹ ਪਹਿਲੀ ਸ਼ਰਤ ਰੱਖੀ ਹੈ ਕਿ ਸਾਰੇ ਜਿੰਨੇ ਸਾਡੇ ਪੋਲੀਟੀਕਲ ਸਿੱਖ ਪ੍ਰਿਜ਼ਨਰਸ ਨੇ ਉਹਨਾਂ ਦੀ ਰਿਪੋਰਟ ਪੰਜਾਬ ਸਰਕਾਰ ਓਕੇ ਕਰਕੇ ਭੇਜੇਗਾ। ਉਹਨਾਂ ਨੇ ਇਸ ਗੱਲ ਨੂੰ ਸਹਿਮਤੀ ਦਿੱਤੀ। ਦੂਜੀ ਗੱਲ, ਪਰਮਜੀਤ ਸਿੰਘ ਪਿਓਰਾ, ਉਹਨਾਂ ਦੀ ਜਿਹੜੀ ਕੰਡੀਸ਼ਨਲ ਬੇਲ ਆ ਉਹਦੇ ਲਈ ਰਿਪੋਰਟ ਇੱਕਦਮ ਸਾਨੂੰ ਓਕੇ ਚਾਹੀਦੀ ਆ। ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਕੋਲ ਲੈਟਰ ਲਿਖ ਕੇ ਅਤੇ ਉਹ ਰਿਪੋਰਟ ਜਿਹੜੀ ਆ ਉਹਨਾਂ ਦੀ ਫੇਵਰੇਬਲ ਦੇਣਗੇ ਪੰਜਾਬ ਸਟੇਟ ਅਤੇ ਯੂਟੀ। ਤੀਜਾ ਪੁਆਇੰਟ ਸਾਡਾ ਇਹ ਸੀ ਕਿ ਜਗਤਾਰ ਸਿੰਘ ਹਵਾਰਾ 'ਤੇ ਜਿਹੜੇ 31 ਨੰਬਰ FIR 1998 ਦੀ ਆ ਅਤੇ ਇੱਕ 144 ਨੰਬਰ 2005, ਉਹ ਬੇਫਜ਼ੂਲ FIR ਆ, ਉਹਨੂੰ ਤੁਸੀਂ ਵਾਪਸ ਲਓਗੇ ਜਾਂ ਉਹਨੂੰ ਇੱਕਦਮ ਐਕਸਪੀਡੀਸ਼ੀਅਸਲੀ ਖਤਮ ਕਰੋਗੇ। ਅੱਜ ਵੀ ਜਥੇਦਾਰ ਸਾਹਿਬ ਦੀ ਚੰਡੀਗੜ੍ਹ ਦੇ ਵਿੱਚ ਇੱਕ ਜਿਹੜੀ ਹੈ 271 ਨੰਬਰ FIR ਦੇ ਵਿੱਚ ਪੇਸ਼ੀ ਚੱਲ ਰਹੀ ਆ, ਟ੍ਰਾਇਲ ਚੱਲ ਰਿਹਾ, ਉਹਦੇ 'ਚ ਐਵੀਡੈਂਸ ਹੋ ਰਿਹਾ ਅੱਜ ਵੀ। ਦੂਸਰਾ ਜਿਹੜਾ ਤੀਜਾ ਸਾਡਾ ਚੌਥਾ ਪੁਆਇੰਟ ਇਹ ਸੀ ਕਿ ਜਿਹੜੀ ਸੈਕਲਰੇਜ ਦੀ ਜਿਹੜੀ ਧਾਰਾ 295 ਉਹਦੀ ਸਜ਼ਾ 3 ਸਾਲ ਆ, ਉਹਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰਨ ਲਈ ਇੱਕ ਹਾਈ ਲੈਵਲ ਕਮੇਟੀ ਜਿਹੜਾ ਵਾ ਪ੍ਰੈਜ਼ੀਡੈਂਟ ਹਾਊਸ ਨੂੰ ਜਾਂ MHA ਨੂੰ ਮਿਲੇਗੀ ਅਤੇ ਉਹਨੂੰ ਜਲਦ ਤੋਂ ਜਲਦ ਪਾਸ ਕਰਾਏਗੀ। ਇਹਨਾਂ ਗੱਲਾਂ 'ਤੇ ਜਿਹੜਾ ਅਸੀਂ ਇੱਕ ਸਾਡੀ ਸਹਿਮਤੀ ਬਣੀ ਸੀ। ਲਾਸਟ ਪੁਆਇੰਟ ਇਹ ਸੀ ਕਿ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਦਾ ਬੈਰੀਕੇਡ ਖੋਲ੍ਹੇਗਾ ਅਤੇ ਅਸੀਂ ਟ੍ਰੈਫਿਕ ਫਲੋ ਜਿਹੜਾ ਇੱਥੋਂ ਨਿਕਲੇਗਾ ਉਹਨੂੰ ਡਿਸਟਰਬ ਨਹੀਂ ਕਰਾਂਗੇ, ਕੋਆਪਰੇਟ ਕਰਾਂਗੇ। ਦੇਖੋ ਜਿੱਥੇ ਤਾਂ ਬਹੁਤ ਜ਼ਿਆਦਾ ਨੈਸੈਸਿਟੀ ਹੈ ਕਿਸੇ ਚੀਜ਼ ਨੂੰ ਰਿਮੂਵ ਕਰਨ ਦੀ, ਜਿੱਦਾਂ ਕਿ ਇਹ ਤਾਂ ਬਿਲਕੁਲ ਜ਼ਿਆਦਾ ਅੱਗੇ ਆਏ ਹੋਏ ਸੀ, ਇਸ ਕਰਕੇ ਇਹ ਬਾਬਾ ਜੀ ਦੀ ਆਪਣੀ ਵੀ ਸਹਿਮਤੀ ਸੀ ਕਿ ਆਪਾਂ ਰੋਡ ਜੇ ਚਲਾਉਣਾ ਹੈ ਅਤੇ ਮਾੜਾ ਮੋਟਾ ਫਲੋ ਤਾਂ ਦੇਵਾਂਗੇ, ਇਸ ਕਰਕੇ ਇਹਨੂੰ ਰਿਮੂਵ ਕੀਤਾ ਜਾ ਰਿਹਾ। ਜਿੱਥੇ ਨਹੀਂ ਲੋੜ ਹੋਏਗੀ ਉੱਥੇ ਨਹੀਂ ਰਿਮੂਵ ਕੀਤਾ ਜਾਏਗਾ, ਸਪੀਡ ਨੂੰ ਕੰਟਰੋਲ ਕਰਨ ਲਈ ਬੈਰੀਕੇਟਿੰਗ ਕੀਤੀ ਜਾਏਗੀ। ਇਹ ਜਿਹੜਾ ਡਿਸੀਜਨ ਆ ਮੈਜੋਰਿਟੀ ਨੇ ਲਿਆ ਹੈ, ਬਾਪੂ ਜੀ ਦੇ ਦਸਖਤ ਨੇ, ਬਾਪੂ ਜੀ ਨੇ ਪੜ੍ਹੇ ਸੀ, ਬਾਪੂ ਜੀ ਇੱਥੇ ਥਾਂ ਤੋਂ ਬਾਪੂ ਜੀ ਗ੍ਰੈਜੂਏਟ ਨੇ, ਬਾਪੂ ਜੀ ਸਾਰਾ ਪੜ੍ਹ ਲੈਂਦੇ ਨੇ, ਬਾਪੂ ਜੀ ਇਸ ਗੱਡੀ 'ਚ ਮੇਰੀ ਗੱਡੀ 'ਚ ਬੈਠ ਕੇ ਇੱਥੋਂ ਹੀ ਗਏ ਨੇ ਔਰ ਇਸੇ ਇੱਥੇ ਹੀ ਜਗ੍ਹਾ 'ਤੇ ਮੈਂ ਲਾਇਆ। ਤਿਆਰ ਹੈ ਸੀ, ਹਾਂ ਹਾਂ ਤਿਆਰ ਹੈ, ਉਹ ਕੋਈ ਨਹੀਂ, ਅਸੀਂ ਸਾਡੇ ਕੋਲ ਹੈਗੇ ਦਸਖਤ ਹੈਗੇ, ਹਾਂ ਬੁਲਾ ਲਓ, ਇੱਥੇ ਬੁਲਾ ਲਓ। ਇਹ ਵੀ ਗੱਲ ਸੁਣ ਲਓ, ਜਿਹੜਾ ਬੰਦਾ ਬਗੈਰ ਪੜ੍ਹੇ ਦਸਖਤ ਕਰ ਦੂਗਾ
ਉਹ ਕਿੰਨੀ ਕੁ ਸਿਆਣੀ ਗੱਲ, ਐਡਵੋਕੇਟ ਸਾਹਿਬ ਬਿਲਕੁਲ ਸਿਆਣੀ ਗੱਲ, ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਕਹਿ ਕੇ ਕਹਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਉਹਨਾਂ ਨੇ ਇੱਕ ਗੱਲ ਕਹੀ ਗੁਰੂ ਨੂੰ ਮੈਂ ਇਸ ਬਾਰੇ ਨਹੀਂ ਦੱਸਿਆ, ਨਹੀਂ ਪੜੇ ਸੀ ਮੈਂ ਸਿਰਫ ਦਸਕੇ ਤਾਂ ਨਾ ਕਰਦੇ, ਇਹ ਤੇ ਬਲਫ ਹੋ ਗਿਆ। ਦੇਖੋ ਜਿਹੜੇ ਪੁਆਇੰਟ ਸੀਗੇ ਕੱਲਾ ਕੱਲਾ ਜਿਹੜਾ ਪੁਆਇੰਟ ਸੀਗਾ ਉਹ ਡਿਸਕਸ ਹੋਇਆ, ਸਾਈਨ ਹੋਣ ਤੋਂ ਪਹਿਲਾਂ ਐਸ ਦਾ ਨਹੀਂ ਸੀਗਾ ਕਿ ਇਹ ਜਿਹੜੇ ਇਹ ਡਾਕੂਮੈਂਟ ਆ ਤੁਸੀਂ ਚੈੱਕ ਕਰ ਸਕਦੇ ਹੋ ਸਾਰੇ ਜਣੇ, ਇਹ ਡਾਕੂਮੈਂਟ ਆ ਜਿਹ 'ਚ ਕੱਲਾ ਕੱਲਾ ਪੁਆਇੰਟ ਡਿਸਕਸ ਹੋਇਆ, ਸਾਰੇ ਜਣੇ ਬੈਠੇ ਸੀਗੇ ਉੱਥੇ। ਉਸ ਤੋਂ ਬਾਅਦ ਜਦੋਂ ਸਾਈਨ ਵਗੈਰਾ ਹੋਏ ਆ, ਪਹਿਲਾਂ ਪ੍ਰਸ਼ਾਸਨ ਨੇ ਸਾਈਨ ਕੀਤੇ ਆ, ਉਸ ਤੋਂ ਬਾਅਦ ਜਿਹੜੇ ਮੈਂਬਰਸ ਗਏ ਉਹਨਾਂ ਨੇ ਸਾਈਨ ਕੀਤੇ ਆ, ਪਹਿਲਾਂ ਸਰਦਾਰ ਅਮਰ ਸਿੰਘ ਚਹਿਲ ਜੀ ਨੇ ਕੀਤੇ ਆ, ਉਸ ਤੋਂ ਬਾਅਦ ਤੁਰੰਤ ਬਾਪੂ ਦੇ ਸਾਈਨ ਆ, ਫਿਰ ਜਸਵਿੰਦਰ ਆਪਣੇ ਦਿਲਸ਼ੇਰ ਸਿੰਘ ਦੇ ਸਾਈਨ ਆ, ਫਿਰ ਜਸਵਿੰਦਰ ਸਿੰਘ ਨੇ, ਫਿਰ ਲਾਸਟ 'ਚ ਮੈਂ ਕੀਤੇ ਆ ਜਦੋਂ ਫੋਟੋ ਲਿੱਤੀ ਆ। ਇਹ ਜਿਹੜਾ ਸਾਈਨ ਆ ਜਿਹੜੇ ਸਾਹਮਣੇ ਤੁਹਾਡੇ ਆ, ਇਹ ਸਭ ਨੇ ਪੜ੍ਹ ਕੇ ਇਹ 'ਤੇ ਸਹਿਮਤੀ ਹੋਈ ਆ, ਫਿਰ ਸਾਈਨ ਹੋਇਆ, ਬਕਾਇਦਾ ਨਾ ਸਹਿਮਤੀ ਹੋਣ 'ਤੇ ਸਾਈਨ ਨਹੀਂ ਹੋਏ। ਔਰ ਜੋ ਮੀਟਿੰਗ ਹੋਈ ਆ ਕੱਲ੍ਹ ਜਿਹੜੀ ਹੋਈ ਆ, ਇਹ ਵੀ ਸਹਿਮਤੀ ਨਾਲ ਹੋਈ ਸੀ, 31 ਮੈਂਬਰਾਂ ਜਿਹੜੀ ਮੀਟਿੰਗ ਹੋਈ ਆ ਉਹਦੇ 'ਚ ਇਹ ਡਿਸਕਸ ਹੋਇਆ ਕਿ ਜਿਹੜੀ ਰੋਡ ਦੇ ਲਈ ਇੱਕ ਸਾਈਡ ਖੋਲ੍ਹਣ 'ਤੇ ਜਿਹੜਾ ਹੋਇਆ ਸੀਗਾ ਮਤਾ ਪਾਸ ਹੋਇਆ, ਉਸ ਤੋਂ ਬਾਅਦ ਇਹ ਮੀਟਿੰਗ ਇਹ ਕਾਲ ਕੀਤੀ ਜਾਊਗੀ, ਤੁਸੀਂ ਜਾਣਾ। ਔਰ ਉੱਥੇ ਬਾਪੂ ਜੀ ਨੇ ਇਹ ਵੀ ਕਿਹਾ ਕਿ ਕਾਲ ਕੀਤੀ ਜਾਊਗੀ ਤਾਂ ਆਪਾਂ ਨੂੰ ਮੀਟਿੰਗ ਅਟੈਂਡ ਕਰਨੀ ਚਾਹੀਦੀ ਆ। ਉਹਨਾਂ ਦੀ ਅਟੈਂਡੈਂਸ ਤੋਂ ਬਾਅਦ ਜਦੋਂ ਉਹਨਾਂ ਨੇ ਦਿੱਤਾ ਵਿਸ਼ਵਾਸ ਦਵਾਇਆ, ਉਸ ਤੋਂ ਬਾਅਦ ਇਹ ਮੀਟਿੰਗ ਅਟੈਂਡ ਕੀਤੀ ਗਈ ਹੈ, ਉੱਥੇ ਸਾਈਨ ਕੀਤੇ ਗਏ, ਨਾ ਕਿ ਇਸ ਕਿਸੇ ਨੇ ਆਪਦੇ ਪੱਖ ਵੱਲੋਂ ਰੱਖਿਆ ਗਿਆ। ਉਹਨਾਂ ਦਾ ਆਈ ਜੀ ਬੈਠਾ ਸੀ, ਡੀ ਸੀ ਬੈਠਾ ਸੀ, ਐੱਸ ਐੱਸ ਪੀ ਬੈਠਾ ਸੀ, ਐੱਸ ਐੱਸ ਪੀ ਚੰਡੀਗੜ੍ਹ ਦਾ ਬੈਠਾ ਸੀ, ਉਹਨਾਂ ਦੇ ਸਾਹਮਣੇ ਕਿਹੜਾ ਧੱਕਾ ਹੋ ਸਕਦਾ। ਹਰ ਇੱਕ ਜਿਹੜੀ ਮਦ ਹੈ ਜਿਹੜਾ ਉੱਥੇ ਜੋ ਕੀਤਾ ਉਹਨੂੰ ਪੜ੍ਹਿਆ, ਡੀ ਜੀ ਪੀ ਨੇ ਖੁਦ ਪੜ੍ਹਿਆ, ਪੜ੍ਹ ਕੇ ਸਾਰਿਆਂ ਨੂੰ ਦੱਸਿਆ ਵੀ ਅਸੀਂ ਇਸ 'ਤੇ ਕਿਹਦੇ 'ਤੇ ਸਹਿਮਤੀ ਅਤੇ ਕਿਹਦੇ 'ਤੇ ਨਹੀਂ ਸਹਿਮਤੀ। ਉਹ ਸਹਿਮਤੀ ਤੋਂ ਬਾਅਦ ਉਹਨਾਂ ਨੇ ਆਪ ਦੱਸ ਕੀਤੇ, ਫਿਰ ਉਹਨਾਂ ਨੇ ਸਾਨੂੰ ਕਿਹਾ ਵੀ ਦੱਸ ਕਰੋ। ਮੈਂ ਪਹਿਲੇ ਦੱਸ ਕੀਤੇ ਨੇ ਆਪਣੇ ਵੱਲੋਂ, ਫਿਰ ਸਰਦਾਰ ਸ਼ੇਰ ਸਿੰਘ ਨੇ ਕੀਤੇ ਨੇ, ਫਿਰ ਬਾਪੂ ਜੀ ਨੇ ਕੀਤੇ ਨੇ। ਅਤੇ ਜੇ ਹੁਣ ਇਸ ਗੱਲ ਨੂੰ ਧੱਕਾ ਕਹੀਏ ਤਾਂ ਯਾਰ ਇਹ ਗੱਲ ਠੀਕ ਨਹੀਂ ਹੈਗੀ। ਬਾਪੂ ਜੀ ਜੇ ਕੋਈ ਡਿਫਰੈਂਸਿਸ ਸੀ ਨਾ ਵੀ ਉਹਨਾਂ ਨੂੰ ਇਹ ਚੰਗਾ ਨਹੀਂ ਸੀ ਲੱਗਾ, ਤਾਂ ਅਸੀਂ ਬੈਠ ਕੇ ਵਿਚਾਰ ਕਰ ਲੈਂਦੇ, ਪ੍ਰੈਸ ਕਾਲ ਕਰਨ ਦੀ ਕੀ ਲੋੜ ਸੀ। ਉਹਨਾਂ ਦਾ ਕਹਿਣਾ ਕਿ ਸਿਰਫ 3 ਪੁਆਇੰਟ ਦੱਸੇ ਨੇ, 3 ਪੁਆਇੰਟ ਵੀ ਬੰਦੀ ਸਿੰਘ ਰਿਹਾ ਨਹੀਂ ਲੱਗੇ, ਹੋਰ ਕੋਈ ਗੱਲ ਨਹੀਂ। ਇਹ ਬਿਲਕੁਲ ਜੇ ਸਾਡੀ ਜ਼ਿੰਮੇਵਾਰੀ ਫਿਰ ਬਾਪੂ ਨੂੰ ਕੀ ਲੋੜ ਸੀ ਪ੍ਰੈਸ ਕਾਨਫਰੰਸ ਕਰ ਲੈਂਦੀ, ਸਾਡੇ ਕੋਲ ਕਰਵਾ ਲੈਂਦਾ, ਅਸੀਂ ਦੱਸ ਦਿੰਦੇ ਪ੍ਰਿੰਸਕਲ ਨੂੰ। ਐਵੇਂ ਮਤਲਬ ਐਡੀ ਵੱਡੀ ਆਪਾਂ ਇੱਕ ਗੱਲ ਤੋਂ ਗੜਬੜ ਜਾਣ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਪਿਛਲੇ ਇੱਕ ਹਫ਼ਤੇ ਤੋਂ ਕਦੀ ਵਕੀਲ ਕੋਲ ਜਾਂਦੇ ਹਾਂ, ਕਦੀ ਸਾਡੀ ਤਾਲਮੇਲ ਕਮੇਟੀ ਦੀ ਮੀਟਿੰਗ ਹੁੰਦੀ ਹੈ, ਰਾਤੀ ਅਸੀਂ ਇੱਥੇ ਬੈਠੇ ਗਏ, ਇੱਥੋਂ ਬੈਠ ਕੇ ਸਲਾਹ ਕਰਕੇ ਫਿਰ ਅਸੀਂ ਉਹਨਾਂ ਕੋਲ ਗਏ ਹਾਂ। ਉਹਨਾਂ ਕੋਲ ਜਾ ਕੇ ਅਸੀਂ ਅੱਧਾ 1.25 ਘੰਟਾ ਰਹੇ ਹਾਂ, ਔਰ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਇੱਕ ਦੂਜੇ ਨੂੰ ਸਮਝਾਈਆਂ ਗਈਆਂ, ਦੱਸੀਆਂ। ਹੁਣ ਵਕੀਲ ਆ, ਮੈਨੂੰ ਕੀ ਸਮਝਾਉਣਾ ਹੈ। ਇਹ ਮੇਰੇ ਨਾਲ 3 ਵਕੀਲ ਹੋਰ ਸੀ, ਰਾਜਪੁਰਾ ਸਾਹਿਬ ਸੀ ਨਾਲ, ਅਤੇ ਬਾਪੂ ਜੀ ਸੀ। ਐਸਾ ਕੇਸ ਹੈ ਹੋ ਸਕਦਾ ਵੀ ਬਾਪੂ ਜੀ ਜਿਹੜਾ ਹੈ ਅਸੀਂ ਉਹਨਾਂ ਨੂੰ ਧੱਕੇ ਨਾ ਦੱਸ ਕਰਾ ਲਈਏ, ਇਹ ਕੋਈ ਗੱਲ ਮਾਨਤਾ ਦੇ ਦੀ। ਮੈਂ ਤੁਹਾਨੂੰ ਕਹਿ ਚੁੱਕਾ, ਡੀ ਜੀ ਪੀ ਨੇ ਪੜ੍ਹੇ ਨੇ, ਬਾਪੂ ਜੀ ਨੇ ਵੀ ਪੜ੍ਹੇ ਨੇ, ਬਾਪੂ ਜੀ ਡੀ ਜੀ ਪੀ ਨੇ ਪੜ੍ਹ ਕੇ ਸਾਰਿਆਂ ਨੂੰ ਦੱਸਿਆ ਹੈ, ਇੱਕ ਦੂਜੇ ਨੂੰ ਸਮਝਾਇਆ ਹੈ, ਇੱਕ ਦੂਜੇ ਨੇ ਸਮਝਿਆ ਹੈ, ਫਿਰ ਦੱਸ ਕੀਤੇ ਨੇ ਅੱਧੇ 1.25 ਘੰਟੇ ਬਾਅਦ ਡਿਸਕਸ਼ਨ ਤੋਂ ਬਾਅਦ। ਇਹ ਕਿੱਦਾਂ ਕਹਿ ਸਕਦੇ ਹਾਂ ਅਸੀਂ ਵੀ ਧੱਕੇ ਨਾ ਕਰਵਾਏ ਨੇ? ਇਹ ਜੋ ਅਸੀਂ ਫੈਸਲਾ ਕਰ ਚੁੱਕਾ ਤੁਹਾਨੂੰ ਆਪ ਸੜਕੋ, ਦਸ 1 ਮਿੰਟ ਉਹ ਤੁਸੀਂ ਆਪਣੇ ਇਹਨਾਂ ਨੂੰ ਦਿਖਾ ਦਿਓ ਜੀ ਆਪਣੇ। ਇਹ ਤੁਸੀਂ ਕਿੱਦਾਂ ਕਹਿ ਦਿੱਤਾ ਭਾਈ? ਅਸੀਂ ਕਮੇਟੀ ਦੇ ਤੌਰ 'ਤੇ ਅਸੀਂ ਰਿਪ੍ਰਜੈਂਟ 20-25 ਆਦਮੀ ਦੱਸ ਕਰਾਉਂਦੇ, ਅਸੀਂ ਇਹ ਕਰਾਂਗੇ ਬਟਗਾਰੀ ਵਾਲਾ ਕਰ ਦਾਂਗੇ? ਇਹ ਕਿੱਦਾਂ ਹੋ ਸਕਦਾ? ਅਸੀਂ ਇਹ ਗੱਲ ਕੀਤੀ ਹੈ ਵੀ ਸਰਕਾਰ ਨੂੰ ਜਿਹੜਾ ਹੈ, ਕੱਲ੍ਹ ਜੇ ਆਪਾਂ ਨੂੰ ਹਾਈਕੋਰਟ ਆਰਡਰ ਕਰ ਦਿੰਦੀ ਵੀ ਬਾਈ ਫੋਰਸ ਇਹਨਾਂ ਦਾ ਚੁਕਾ ਦਿਓ,
ਫਿਰ ਅਸੀਂ ਇੱਥੇ ਬੰਦਿਆਂ ਨੂੰ ਕਟਵਾਈਏ, ਨੁਕਸਾਨ ਕਰਾਈਏ, ਕੋਈ ਬੰਦੇ ਸਾਡੇ ਅਰੈਸਟ ਹੋਣ ਜਾਂ ਕੋਈ ਮਾਰ ਵੀ ਦਿੱਤਾ ਜਾਏਗਾ, ਫਿਰ ਅਸੀਂ ਕੀ ਕਰਾਂਗੇ? ਸਾਡਾ ਮੋਰਚਾ ਤਾਂ ਆਪਣੇ ਆਪ ਟੁੱਟ ਜਾਏਗਾ। ਸੋਚੀਆਂ ਕਿ ਰੋਜ਼ ਅਸੀਂ ਡਿਸਕਸ ਕਰਦੇ ਰਹੇ ਯਾਰ, ਸਾਡੀ ਤਾਲਮੇਲ ਕਮੇਟੀ ਜਿਹੜੀ 26-27 ਆਦਮੀ ਗੁਰਦੁਆਰਾ ਸਾਹਿਬ ਸ਼ਹੀਦਾਂ ਦੇ ਹੋਈ ਕਿਹੜੀ ਤਰੀਕ ਨੂੰ ਹੋਈ ਸੀ? ਐਤਵਾਰ ਨੂੰ ਹੋਈ ਹੈ। ਉੱਥੇ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਕੀਤੀਆਂ ਨੇ, ਜੋ ਰਾਤੀ ਲਿਖਿਆ ਗਿਆ, ਜਿਹਦੇ 'ਤੇ ਸਾਡੇ ਸਾਰਿਆਂ ਦੇ ਦਸਤਖਤ ਨੇ, ਜਿਹੜੇ ਹੁਣ ਬਾਪੂ ਜੀ ਕਹਿੰਦੇ ਨੇ, ਇੱਕ ਮਿੰਟ ਦਿਖਾ ਦਿਓ ਜੀ, ਬਾਪੂ ਜੀ ਕਹਿੰਦੇ ਵੀ ਧੱਕੇ ਨਾਲ ਦਸਤਖਤ ਕਰਾ ਦਿੱਤੇ ਆ, ਇਹ ਗੱਲ ਅਸੀਂ ਧੱਕਾ ਕਾਹਦੇ ਲਈ ਕਰਨਾ? ਇਸ ਕਰਕੇ ਇੱਦਾਂ ਨਹੀਂ ਸੀ ਬਾਪੂ ਜੀ ਨੂੰ ਕਹਿਣਾ ਚਾਹੀਦਾ, ਇਹਦੇ ਨਾਲ ਸਾਡਾ ਇੱਕ ਵਾਦ ਵਿਵਾਦ ਪੈਦਾ ਹੋਣ ਦੀ ਗੱਲ ਹੋ ਗਈ ਆ। ਹੁਣ ਅਸੀਂ ਜਦੋਂ ਇਹ ਫੈਸਲਾ ਕਰ ਲਿਆ ਹੈ, ਸਾਰਿਆਂ ਨੇ ਦਸਤਖਤ ਕਰ ਦਿੱਤੇ ਨੇ, ਫਿਰ ਬਾਪੂ ਜੀ ਪਹਿਲੇ ਸਾਡੀ ਮੀਟਿੰਗ ਕਰਦੇ ਵੀ ਤੁਸੀਂ ਮੇਰੇ ਨਾਲ ਧੱਕੇ ਨਾਲ ਦਸਤਖਤ ਕਰਾਏ ਨੇ, ਪਹਿਲੇ ਬਾਪੂ ਜੀ ਨਹੀਂ ਸੀ ਜਾਣਾ ਚਾਹੁੰਦੇ, ਫਿਰ ਆਪੇ ਉੱਠ ਕੇ ਚੱਲ ਪਏ ਨੇ, ਇਹ ਵੀ ਕਹਿਣਗੇ ਮੈਨੂੰ ਧੱਕੇ ਨਾਲ ਲੈ ਗਏ ਨੇ, ਕਹਿ ਸਕਦੇ ਨੇ।